ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਗਦੇਵ ਖੁਰਦ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਪ੍ਰੇਮ ਸਿੰਘ ਹੁਣਾਂ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਵਿਖਾਉਣੀਆਂ, ਅਤੇ ਇੱਕ ਐਂਡ 'ਤੇ ਇੱਕ ਝੋਟੀ ਤੁਹਾਨੂੰ ਬਿਲਕੁਲ ਨੋਰਮਲ ਜਿਹੇ ਰੇਟ 'ਚ ਤੁਹਾਨੂੰ ਦਿਖਾਵਾਂਗੇ। ਆਹ ਦੇਖ ਸਕਦੇ ਥੱਲੇ ਵੀ ਚੰਗੀ ਤਿਆਰ ਹੋਈ ਆ, ਅਤੇ ਗਾਵਾਂ ਦੇ ਵਿੱਚ ਇੱਕ ਗੱਭਣ ਆ ਅਤੇ ਬਾਕੀ ਸਾਰੀਆਂ ਸੂਈਆਂ ਵਾ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਵਧੀਆ, ਕਿਰਪਾ ਮਹਾਰਾਜ ਜੀ ਵਿਜੀ ਤੁਸੀਂ। ਚਲੋ ਵਧੀਆ, ਕਿਰਪਾ ਜੀ ਦੀ ਜੇ ਵਿਕ ਗਿਆ ਮਾਲ ਪਰਸੋਂ ਵਾਲਾ ਜੀ? ਉਹ ਪਰਸੋਂ ਤੇ ਉਦੋਂ ਵਿਕ ਗਿਆ ਵਿਜੀ ਮਾਲ। ਠੀਕ ਆ। ਤੇ ਅੱਜ ਮੀਂਹ ਜੀ ਚੱਲਣ ਦੇ ਨਾ ਕੰਮ ਫਿਰ। ਅੱਜ ਮੀਂਹ ਜੀ ਬਰਸਾਤ ਚੀਕੇ। ਅੱਛਾ, ਵੀਡੀਓ ਵਧੀਆ ਬਣੂਗੀ ਨਾ ਮੀਂਹ ਚ? ਅੱਛਾ ਹਾਂਜੀ ਹਾਂਜੀ, ਠੀਕ ਆ। ਚਲੋ ਨਾਮ ਦੱਸ ਦੋ। ਨਾਮ ਪ੍ਰੇਮ ਸਿੰਘ, ਪਿੰਡ ਜਗਦੇਵ ਖੁਰਦ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ ਕਰੀ? 9902196185। ਠੀਕ ਆ। ਤੇ ਚਲੋ ਅੱਜ ਜਰਸੀਆਂ ਲੈਣ ਤੀਆਂ ਜੀ? ਫਿਰ ਜਰਸੀਆਂ ਵਿੱਚ ਡਿਮਾਂਡ ਬਹੁਤ ਆਉਂਦੀ ਹੈ ਵੀਰਾਂ ਦੀ ਨਾ, ਜਰਸੀਆਂ ਲੈਣਾਂ ਦੀ। ਅੱਛਾ ਹਾਂਜੀ, ਤੇ ਮੈਂ ਕਿਹਾ ਵੀ ਜਰਸੀਆਂ ਲੈ ਆਉਂਦੇ ਆ, ਇਹ ਕਿਹੜੀ ਗੱਲ ਹੈ। ਠੀਕ ਆ। ਦੋ ਤਿੰਨ ਨਾ ਆਪਣੇ ਗਾਹਕ ਪੱਕੇ ਆ, ਉਹ ਜਰਸੀਆਂ ਮੰਗਦੇ ਸੀ। ਅੱਛਾ, ਤੇ ਮੈਂ ਆਂਦੇ ਲੈਣੀਆਂ ਵੀ ਤੁਹਾਡੇ ਕੋਲ ਆ। ਅੱਛਾ, ਤੇ ਲੈਣੀਆਂ ਵੀ ਜਰਸੀਆਂ। ਠੀਕ ਆ। ਦੇਖੋ ਵੀ ਜੀ ਕੁਆਲਿਟੀ, ਦੇਖੋ ਵਸ਼ੀ ਦੇ ਸਕਦੇ, ਚਿਹਰਾ ਦੇਖ ਸਕਦੇ, ਬੜਾ ਪਿਓਰ ਵਿੱਚ ਜੀ, ਚਾਰ ਦੰਦ ਵਸ਼ੀ ਮੂੰਹ ਹੋਊਗੀ। ਠੀਕ ਆ ਹਾਂਜੀ। ਤੇ ਮਗਰ ਵੀ ਵਸ਼ੀ? ਮਗਰ ਫੇਰ ਵਿੱਚ ਜੀ ਵਸ਼ੀ ਜਰਸੀ। ਠੀਕ ਆ ਜੀ। ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋਲ? ਦੁੱਧ ਵਿੱਚ ਜੀ ਕੋ ਬੋਲਾ ਹੀ ਹੋਊਗਾ ਜੇ 10 ਕਿਲੋ ਦੇ ਲਗਭਗ ਹੈਗਾ ਪੱਕਾ। ਮੈਂ ਨਾ ਪੱਕਾ ਲੀਟਰ ਮਾਰ ਕੇ ਚੋ ਕੇ ਦਾਂਗੇ ਦੇ। ਅੱਛਾ ਹਾਂਜੀ, ਪਾਈ ਆਧਾ ਕਿਲੋ ਦਾ ਆਪਾਂ ਕਹਿ ਨਹੀਂ ਸਕਦੇ। ਅਜੇ ਤਾਂ ਦੁੱਧ ਵਧ ਵੀ ਸਕਦੀ ਹੈ। ਹਾਂਜੀ ਹਾਂਜੀ, ਹਜੇ ਵਧੂਗੀ ਵੀ ਜੀ, 12 ਕਿਲੋ ਰਮਾਨ ਨਾਲ ਚਵਾਈ ਜਾਊਗੀ ਨੋਰਮਲ ਸੇਵਾ ਦੀ। ਤੋੜ ਦੋ ਇੱਕ ਵਾਰੀ, ਖੋਲ ਲੈ। ਹਾਂ, ਹੁਣ ਬਹੁਤ ਸੋਹਣਾ ਲੱਗਾ ਜੀ। ਆ ਵੇਖੋ ਜੀ ਫੇਸ ਫੂਸ ਦੀ ਕੁਆਲਿਟੀ, ਦੰਦ ਵੀ ਦਿਖਾ ਦਈਏ ਵੀ ਜੀ। ਦੰਦ ਮੜੇ ਨੂੰ ਸਾਡੇ ਆ ਵੇਖੋ ਜੀ, ਪਿਓਰ ਚਾਰ ਦੰਦ, ਪਿਓਰ ਚਾਰ ਦੰਦ ਆ ਜਿਹੜੀ ਸਾਈਡ ਵਾਲੇ ਦੰਦ ਦੋ ਉਤਰਾ ਹੀ ਆ। ਉਤਰਾ ਹੀ ਆ, ਠੀਕ ਆ। ਬਾਕੀ ਜੀ ਵੱਡੀ ਆ, ਬਹੁਤ ਵੱਡੀ ਜਰਸੀ ਆ, ਇੱਕ ਦੀ ਨਾ ਛੋਟੀਆਂ ਆਮ। ਹਾਂਜੀ, ਪੂਰਾ ਫੁੱਲ ਸਹਿ ਜਾ। ਬਾਕੀ ਮੀਂਹ ਵੀ ਅਜੇ ਤੁਹਾਨੂੰ ਪਤਾ ਛਿੱਕੀ ਹੋਈ ਜਦੋਂ ਜਵਾਨ ਹੋਈ, ਹੋਰ ਪੈਂਦੇ ਆ ਪੂਰਾ, ਹੋਰ ਫਰਕ ਮਾਰੂ ਕੱਦ ਦਾ। ਇਸ ਜੀ ਨੇ ਕਹਿੰਦੇ ਭਾਵੇਂ ਮੀਂਹ ਪੈਂਦੇ ਆ ਪਰ ਵੀਡੀਓ ਨਹੀਂ ਰੁਕਣੀ ਚਾਹੀਦੀ। ਹਾਂਜੀ, ਆ ਵੇਖੋ ਜੀ ਠੀਕ ਹੈ। ਦੇਖੋ ਕਿੱਡਾ ਠੁਕਵਾ ਕੰਨ ਨਿਕਾ ਨਿਕਾ ਕੰਨ ਆ, ਕੁਆਲਿਟੀ ਬਹੁਤ ਹੈ ਵੀਰ ਜੀ, ਬਰੀਡ ਦੇ ਸਿਰ ਤੇ ਕੰਮ ਚੱਲਦਾ ਅੱਜ ਕੱਲ੍ਹ। ਠੀਕ ਹੈ, ਚਲੋ ਲੈ ਜਾ ਫਿਰ ਵੀਰ ਭਰਾ। ਬੀਜ ਤੇ ਕਰਦੇ ਸੀ ਪਰ ਜਰਸੀ ਆਪਾਂ ਪਿਓਰ ਵੀਰਾਂ ਨੂੰ ਦੇਣੀ ਆ। ਠੀਕ ਹੈ ਹਾਂਜੀ, ਇਹ ਨਹੀਂ ਤੇ ਰੰਗ ਵੇਖ ਕੇ ਆਪਾਂ ਕਹਿ ਦਾਂਗੇ ਜਰਸੀ ਆ। ਬਾਕੀ ਚਿਹਰ ਇਹ ਕਿ ਸਰੀਰ ਇਹਦਾ ਕਾਰਾ ਜਿਹਾ ਵਾ, ਕੱਦ ਕੁੱਦ ਵਿੱਚ ਹੀ ਬਹੁਤ ਆ, ਤੇ ਬਹੁਤੀ ਰਾਜੀ ਨਹੀਂ ਆ ਉਤਰਾ ਜਰਸੀਆਂ ਦੇ ਹਿਸਾਬ ਨਾਲ, ਕੱਦ ਦੇ ਚੰਗਾ ਵਾ। ਮਗਰ ਵੀ ਜਰਸੀ ਵਸ਼ੀ। ਤੇ ਹੋਰ ਪ੍ਰੇਮ ਸਿੰਘ ਜੀ ਠੀਕ ਠਾਕ ਜੀ? ਪਈ ਜਾਂਦਾ ਮੀਂਹ ਫਿਰ? ਤੁਸੀਂ ਪਤਾ ਨੀ ਆਏ ਜੇ ਮੀਂਹ ਆ ਗਿਆ। ਠੀਕ ਆ ਹਾਂਜੀ, ਚਲੋ ਇਹ ਵੀ ਆਉਣਾ ਚਾਹੀਦਾ ਸੀ। ਹਾਂਜੀ, ਮੈਂ ਅੱਗੇ ਆਖਣਾ ਮੈਂ ਵੀਰ ਜੀ ਹੁਣੇ ਆ ਗਏ ਆ ਤੇ ਮੈਂ ਮੀਂਹ ਸੋਣ ਜ਼ਿਆਦਾ ਹੋ ਗਿਆ ਜੀ। ਚਲੋ ਇਹ ਵੀ, ਉਹਦਾ ਰੇਟ ਦੱਸ ਦਈਏ। ਰੇਟ ਇਹਦਾ ਵਿੱਚ ਜਾਇਜ਼ ਹੀ ਕਰਦੀ ਹੈ। ਠੀਕ ਹੈ, ਜਿੰਨੀ ਦੇ ਵਿੱਚ ਜੀ ਬਰੀਡ 'ਚ ਆ। ਹਾਂਜੀ, ਆਮ ਤੇ ਜਰਸੀਆਂ ਬਹੁਤ ਜ਼ਿਆਦੀਆਂ ਲੱਭ ਜਾਂਦੀਆਂ। ਹਾਂਜੀ, ਪਰ ਬਰੀਡ ਥੋੜੀ ਜੀ ਘੱਟ ਲੱਭਦੀ ਹੈ। ਅੱਛਾ, ਪਿਓਰ ਬਰੀਡ 'ਚ ਆ ਜਿੰਨੀ ਵੈੜ। ਠੀਕ ਹੈ ਵੀਰ ਜੀ, ਮੁੱਲ ਕਰਨ ਨੂੰ ਤੇ ਭਾਵੇਂ ਇਹਦਾ 45,000 ਕਰੀ ਜੀ। ਅੱਛਾ, 43,000 ਦੀ ਵਸ਼ੀ ਦੇ ਦਾਂਗੇ। 43,000 ਦੀ ਦੇ ਦਾਂਗੇ? ਮੈਂ ਨਾ 43,000 ਦੀ ਦੇ ਦਾਂਗੇ ਹਜੇ ਵੀਰ ਜੀ, ਇਹਨੇ ਛਿੱਗੀ ਹੋਣਾ ਫਿਰ ਜਵਾਨ ਹੋਣਾ, ਹਜੇ ਕੱਦ ਕੁੱਦ ਬਹੁਤ ਮਾਰਨਾ, ਚੰਗੇ ਵੀਰ ਸੇਵਾ ਵਾਲੇ ਘਰ ਚੱਲ ਜੂਗੀ ਨਾ,
ਨਿਰਮਾਨ 12 ਕਿਲੋ ਦੁੱਧ 43,000 ਚ ਖੁੱਲਾ ਕਰ ਦੋਗੇ ਮਾਨਤਾ ਨਾ? ਮੈਂ ਨਾ ਕਰ ਦਾਂਗੇ, ਮੌਕੇ ਤੇ ਕਰ ਦਾਂਗੇ। ਫੋਨ ਲਾ ਵੇ ਕਰੀ ਤੇ ਆ ਗੱਬਨ ਜੇ। ਹਾਂਜੀ ਆ ਗੱਬਨ ਵੀ। ਇਹ ਕਿੰਨੇ ਕਿ ਦੁੱਧ ਵਾਲੀ ਆ? ਇਹ ਵੀ ਵੀਰ ਜੀ ਇੰਨਾ ਕਿ 10 11 ਕਿਲੋ ਚਵਾਈ ਜਾਊਗੀ। ਇਹਦੇ ਸਿੰਗ ਜਿਹੜੇ ਇਹਦੇ ਹੈਗੇ ਆ, ਇਹਦੇ ਸਿੰਗ ਮਾੜੇ ਮਾੜੇ ਹੈਗੇ। ਤੋਰ ਦੋ ਇੰਨਾ ਵੀ ਇੱਕ ਵਾਰੀ ਫਿਰ। ਬਾਕੀ ਜੇ ਕਿੰਨੇ ਤਿਆਰ ਹੋਣਾ ਵਾ? ਹਲੇ ਤਿਆਰ ਹੋਣਾ, ਤਿਆਰ ਜਦੋਂ ਹੋਊਗੀ ਫਿਰ। ਇਹ ਵੀ ਜਰਸੀ ਹੈ ਵੀਰ ਜੀ, ਲੈ ਜਾ। ਮਾਰਦੀ ਨਾ ਹੋਵੇ ਤੇ ਠੰਡੀ ਧੀਰੀ ਆ ਪੂਰੀ। ਲੈ ਜਾ, ਬਾਕੀ ਥਾਂ ਵੀ ਚੰਗਾ ਲੱਗਾ ਇਹਦੇ ਕੋਲ। ਤੇ ਆ ਥਾਨ ਵੀ ਇਹਦੇ ਦੇਖ ਸਕਦੇ ਲਾਗੇ ਤੋਂ। ਠੰਡੀ ਵੀਰ ਜੀ, ਠੰਡੀ ਬਹੁਤ ਜ਼ਿਆਦਾ ਵਛੀ ਆ ਵੇਖੋ। ਤੇ ਇਹਦਾ ਮੁੱਲ ਵੀਰ ਜੀ? ਮੁੱਲ ਇਹਦਾ ਵੀਰ ਜੀ ਕਰ ਲਓ ਤਾਂ ਭਾਵੇਂ 35,000 ਕਰਾ ਲਓ। ਹਾਂਜੀ 28,000 ਦੀ ਵਛੀ ਦੇ ਦਾਂ। 28,000 ਦੀ ਮੈਂ ਨਾ ਦੇ ਦਾਂਗੇ ਤੇ, ਪਰ ਪੂਰੇ 28 ਦੀ ਸ਼ੋਰਟ ਮੌਕੇ ਤੇ ਕੋਈ ਨਹੀਂ ਕਰਦਾ। ਮੌਕੇ ਤੇ ਕਰ ਦੋਗੇ ਹਨਾ? ਠੀਕ ਹੈ। ਤੇ ਹੁਣ ਇੱਕ ਆ ਵੀ ਜਰਸੀ ਤੁਹਾਨੂੰ ਦਿਖਾਉਣੀ ਆ। ਥਾਂ ਬੜਾ ਲਾਜਵਾਬ ਜਿਹੜਾ ਇਹਦੇ ਕੋਲ ਵੀ ਆ ਦੇਖ ਸਕਦੇ। ਥਾਂ ਇਹਦੇ ਕੋਲ ਟੌਰੀ ਹੈ ਵੀਰ ਜੀ ਪੂਰਾ। ਦੁੱਧ ਕਿੰਨਾ ਜੀ? ਇਹ ਵੀ ਵੀਰ ਜੀ ਬਲੈਕ ਜਰਸੀ ਹੈ, ਦੁੱਧ ਤੇਰੇ ਕੋਲ ਵੀ ਵੱਡੀ ਹੈ, ਕੱਦ ਕਾਠ ਚ ਦੁੱਧ ਤੇਰੇ ਕੋਲ 12 ਕਿਲੋ ਵਛੀ ਹੋਊਗਾ। ਅੱਛਾ। ਪਰ ਬੱਚਾ ਇਹਦਾ ਵੀਰ ਜੀ ਸੂਨਿਆ ਸਾਰ ਬੱਚਾ ਮਰਿਆ ਦਿੱਤਾ ਇਹਨੇ। ਅੱਛਾ। 4 ਦਿਨ ਸੂਈ ਨੂੰ ਹੋ ਗਏ ਹੋਣਗੇ, ਆਪਾਂ ਗਰੰਟੀ ਦਾਂਗੇ ਵੀਰ ਜੀ। ਅੱਛਾ। ਇਹ ਨੀ ਵੀ ਆਪਾਂ ਤੋਕੜ ਗਾਂ ਨੂੰ ਸੱਜੇ ਰੱਖੀ ਜਾਵਾਂਗੇ। ਅੱਛਾ। ਉਹ ਕੰਮ ਨਹੀਂ ਆ। ਅੱਛਾ। ਸੱਜੇ ਗਾਂ ਵਾ, ਕੋਈ ਵੀਰ ਭਰਾ ਆ ਕੇ ਕਿਸੇ ਡਾਕਟਰ ਤੋਂ ਚੈੱਕ ਕਰਾ ਕੇ। ਠੀਕ ਹੈ। ਹਾਂਜੀ ਸੱਜੇ, ਬਿਲਕੁਲ ਸੱਜੇ ਗਾਂ ਵੀ। ਤੇ ਮੌਕੇ ਤੇ 12 ਲੀਟਰ ਹੈਗਾ ਪੱਕਾ ਦੁੱਧ? 4 ਦਿਨ ਦੇ ਵਿੱਚ ਵਛੀ ਸਕਦੇ ਵੀ ਪਿਓਰ 4 ਦਿਨ ਦੇ। ਹਾਂਜੀ ਹਾਂਜੀ ਲੈ ਜਾ। ਆਪਾਂ ਜਿਹੜੀ ਗੱਲ ਹੋਊਗੀ ਉਹੀ, ਜਿਹੜੀ ਆਖਾਂਗੇ ਉਹੀ ਹੋਊਗੀ। ਠੀਕ ਆ। ਲੈ ਜਾ। ਬਾਕੀ ਕੱਦ ਕਾਠ ਇਹਦਾ ਵੀ ਚੰਗਾ ਵਾ ਜਰਸੀਆਂ ਦੇ ਹਿਸਾਬ ਨਾਲ, ਥੋੜਾ ਡਰਦੀ ਡਰਦੀ ਆ। ਬਾਕੀ ਉਤਰਾ ਵੀ ਕੱਚੀ ਜਗ੍ਹਾ ਤੇ ਆਮ ਗਾਵਾਂ ਖੁਸ਼ ਹੁੰਦੀਆਂ ਵਾ, ਪੋਲੀ ਜੀ ਜਗ੍ਹਾ ਹੋਈ ਆ ਥੱਲੇ। ਉਤਰਾ ਜਿਹੜੀ ਹੈਗੀ ਠੰਡੀ ਧੀਰੀ ਆ। ਬਾਕੀ ਜੀ ਥਾਂ ਫੋਨ ਵੇਖੋ ਕਿੱਡੀ ਵੇਥ ਤੇ ਲੱਗਾ ਬੈਠ ਨੂੰ। ਤੇ ਮੁੱਲ ਇਹਦਾ ਫਿਰ? ਮੁੱਲ ਤੇ ਵੀਰ ਜੀ ਇਹਦਾ ਜਾਇਜ਼ ਕਰ ਦਈਏ। ਕਿੰਨਾ ਕਿ ਵੀਰ ਜੀ? ਬਾਕੀ ਸੱਜਣ ਵੀਰ ਜੀ ਵਹਿੜਿਆ। ਹਾਂਜੀ 4-5 ਦਿਨ ਤੈਨੂੰ ਸੂਈ ਨੂੰ ਹੋਏ ਆ। ਹਾਂਜੀ। ਪਰ ਮੁੱਲ ਆਪਾਂ ਜਾਇਜ਼ ਹੀ ਕਰ ਦੇਣਾ। ਕਿੰਨਾ ਮੁੱਲ ਵੀਰ ਜੀ? ਚਲੋ ਨਾਲ ਬੱਚਾ ਹੁੰਦਾ ਨਾ। ਹਾਂਜੀ। ਤੇ ਫਿਰ
ਕਈ ਵੀਰ ਭਰਾ ਯਕੀਨ ਕਰ ਲੈਂਦੇ, ਕਈ ਨਹੀਂ ਕਰਦੇ। ਹਾਂਜੀ ਹਾਂਜੀ, ਤੁਹਾਨੂੰ ਪਤਾ ਆਪਾਂ ਲਿਆਈਦਾ ਵਾ ਸਾਰਾ ਪ੍ਰੂਫ ਅਗਲੇ ਕੋਲ ਲੈ ਕੇ ਫੇਰ। ਹਾਂਜੀ, ਜੇ ਕੋ ਆਖੂਗਾ ਆਪਾਂ ਵੀਡੀਓ ਪਵਾ ਦਾਂਗੇ ਸੁਣਦੀ ਗਾਂ ਦੀ। ਅੱਛਾ ਹਾਂਜੀ ਠੀਕ ਆ, ਜੇਰ ਜੂਰ ਪੈਂਦੀ ਸਾਰੇ ਕੁਝ ਆਪਾਂ ਵੀਡੀਓ ਪਵਾ ਦਾਂਗੇ ਵੈਰ ਦੀ। ਠੀਕ ਆ, ਹੁਣ ਵੀਰ ਜੀ ਬੱਚਿਆਂ ਦਾ ਨਾਲ ਫਿਰ ਤੇ ਵੈਰ ਹੈਗੀ ਸੀ 35 ਦੀ। ਹਾਂਜੀ, ਹੁਣ ਆਪਾਂ ਮੁੱਲ ਕਰ ਨੂੰ ਜਿੰਨਾ ਮਰਜ਼ੀ ਕਰੀਏ 28,000 ਦੀ ਵੈਰ ਦੇ ਦਾਂਗੇ। 28,000 ਦੀ ਦੇ ਦੋਗੇ? ਦੇ ਦਾਂਗੇ ਤੇ ਦੁੱਧ 12 ਲੀਟਰ ਘਰੋਂ ਚਵਾ ਦੋਗੇ? ਮੈਂ ਨਾ ਲੀਟਰ ਮਾਰ ਕੇ ਦਾਂਗੇ ਤੇ। ਠੀਕ ਹੈ ਜੀ, ਤੇ ਹੁਣ ਇੱਕ ਟਾਈਮ ਕੋਈ ਵੀਰ ਭਰਾ ਚ ਹੋਗੇ ਖੜੇ ਦੇ, ਆ ਥੋੜੀ ਉੱਚੇ ਬੱਚੇ ਵਾਲੀ ਆ ਗਈ। ਉੱਚੇ ਬੱਚੇ ਵਾਲੀ ਇਹ ਵੀ 4 ਦਾਂ ਦੇ ਵਿੱਚ ਹੀ ਬੱਚੀ। ਠੀਕ ਆ ਹਾਂਜੀ, ਤੇ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਇੱਕ ਨੇ ਦੱਸ ਦਈਏ ਵਿੱਚ ਇਹਦੇ ਬਾਰੇ। ਇਹ ਵੀਰ ਜੀ ਪਹਿਲਾਂ ਵੈਰ ਆ। ਅੱਛਾ, ਤੇ ਇਹਨੂੰ ਸੂਈ ਨੂੰ ਅੱਗੇ ਹੋਣਗੇ ਵਿੱਚ 2-2.5 ਮਹੀਨੇ ਦੇ ਲਾਗ ਪਾ। ਹਾਂਜੀ ਹਾਂਜੀ, ਕੁਝ 2-4 ਦਿਨ ਉੱਤੇ ਲਾਲੇ ਥੱਲੇ ਲਾਲੇ ਆਪਾਂ ਕਹਿ ਨਹੀਂ ਸਕਦੇ। ਹਾਂਜੀ ਹਾਂਜੀ, ਤਿੰਨਾਂ ਦਾ ਆਪਾਂ ਵਿੱਚ ਲਾਈਏ। ਠੀਕ ਆ ਹਾਂਜੀ, ਤੇ ਬਣੀ ਨੂੰ ਵਿੱਚ ਇਹਨੂੰ ਟਾਈਮ ਕੋਈ ਹੋ ਗਿਆ ਜੀ। ਅੱਛਾ, ਮੰਨ ਲਓ ਕੋਈ ਵੀਰ ਭਰਾ ਲੈ ਜੇ ਅਗਲੇ ਦੇ ਘਰ ਜਾ ਗੱਬਨ ਨਿਕਲੇ, ਫਿਰ ਮਜ਼ਾ ਹੁੰਦਾ? ਮਜ਼ਾ ਨਹੀਂ ਹੁੰਦਾ, ਮਜ਼ਾ ਨਹੀਂ ਹੁੰਦਾ ਵੀ ਯਾਰ ਅਗਲਾ ਆਖੇ ਵੀ ਗੱਬਨ ਢਾਡੀ ਗਾਂ ਨਿਕਲ ਆਈ। ਹਾਂਜੀ ਹਾਂਜੀ, ਸੂਈ ਨੂੰ ਇਹਨੂੰ ਵਿੱਚ 3 ਮਹੀਨੇ ਹੋ ਗਏ, ਬਾਕੀ ਗਰੰਟੀ ਦਾਂਗੇ ਆਪਾਂ ਵੀ ਸੂਈ ਨੂੰ 3 ਮਹੀਨੇ ਗਾਂ ਹੋਏ ਹੋਣ। ਅੱਛਾ ਠੀਕ ਆ, ਇਹ ਨਾ ਕੋਈ ਆਖੇ ਵੀਰ ਵੀ ਮੰਨ ਲਓ ਕਈ ਕਹਿ ਹੀ ਦਿੰਦੇ ਓਦਾਂ ਬੱਚਾ ਐਡੀ ਤਗੜੀ ਗਾਂ ਦੇ ਗਾੜੀ ਖਿਲਾ ਰਿਹਾ। ਹਾਂਜੀ ਹਾਂਜੀ, ਆਪਾਂ ਗਰੰਟੀ ਦਾਂਗੇ ਕੋਈ ਆਖਦੇ ਗਾਂ ਦੇ ਗਾੜੀ ਹੁੰਦਾ ਬੱਚਾ ਖਿਲਾ ਰਿਹਾ। ਅੱਛਾ ਹਾਂਜੀ, ਪਿੰਡੋਂ ਆਪਣੇ ਗਾਂ ਲਈ ਸੂਈ ਸੁੰਦੀ ਗਾਂ ਦਾ ਆਪਾਂ ਸਾਰਾ ਪਤਾ ਵਾ ਵੀ ਬਾਇਓ ਡਾਟਾ ਸਭ ਹੈਗਾ ਗਾਂ ਦਾ। ਠੀਕ ਆ, ਤੇ ਇਹਦੇ ਕੋਲ ਦੁੱਧ ਕਿੰਨਾ? ਕਈ ਵੀਰ ਕਹਿ ਹੀ ਦਿੰਦੇ ਐਡੀ ਤਗੜੀ ਵਹਿੜ ਆ, ਥੱਲੇ ਦੁੱਧ ਥੋੜਾ ਵਾ, ਬਸ ਇਹੋ ਵੀਰ ਜੀ ਗਾਂ ਸਾਂਭੀ ਨਹੀਂ ਗਈ ਉਹਨਾਂ ਕੋਲ। ਠੀਕ ਆ, ਵੰਡ ਵੁੰਡ ਨਹੀਂ ਗਾਂ ਨੂੰ ਪਾਇਆ ਤੇ ਪੱਠੇ ਦੱਥੇ ਤੇ ਕੰਮ ਰੱਖਿਆ। ਤੇ ਦੁੱਧ ਕਿੰਨਾ ਇਹਦੇ ਕੋਲ? ਦੁੱਧ ਵੀਰ ਜੀ ਇਹਦੇ ਕੋਲ ਨਾ, ਇਹ ਨਾ ਗਾਂ ਨਾ ਚੋਣ ਲੱਗਿਆ ਨਾ ਥੋੜਾ ਜਿਹਾ ਨਾ ਔਲ ਕਰਦੀ ਆ। ਅੱਛਾ, ਇਹਨੂੰ ਚੁੰਦੇ ਰਹੇ ਮਸ਼ੀਨ ਦੇ ਨਾਲ। ਅੱਛਾ, ਤੇ ਥੋੜੀ ਜਿਹੀ ਹੱਥ ਦੀ ਚਵਾਈ ਨਾਲ ਕਾਲਾਪਨ ਮੰਗਦੀ ਆ। ਅੱਛਾ ਹਾਂਜੀ ਠੀਕ, ਹੁਣ ਇਹ ਵੀ ਕੋਈ ਵੀਰ ਭਰਾ ਚੋਲੂਗਾ ਨਾ, ਹਾਂਜੀ ਹੱਥ ਦੇ ਨਾਲ ਸੈੱਟ ਕਰ ਲੂਗਾ, ਇੰਨਾ ਵੀ ਨੀ ਕਰਦੀ ਵੀਰ ਜੀ ਵੰਗਾ ਪਾ ਕੇ, ਮਾੜਾ ਜਿਹਾ ਭਾਵੇਂ ਇੱਕ ਜਣਾ ਗਾੜੀ ਖਲੋਜੇ, ਫਿਰ ਇਹ ਨੀ ਵੀ ਲੱਤਾਂ ਹੀ ਮਰੀ ਜੂਗੀ, ਲੱਤਾਂ ਮਰੀ ਜੂਗੀ, ਉਹ ਨੀ ਚੱਕਰ ਹੈਗਾ। ਅੱਛਾ ਹਾਂਜੀ, ਤੇ ਦੁੱਧ ਕਿੰਨਾ ਇਹਦੇ ਕੋਲ? ਦੁੱਧ ਵਿੱਚ ਜੀ ਇਹਦੇ ਕੋਲ ਪੱਕਾ ਜਿਹੜਾ ਨਾ ਉਹ ਦੁੱਧ ਹੋਊਗਾ 6 ਕਿਲੋ। ਅੱਛਾ ਹਾਂਜੀ, ਵਿਖਾਵਾ 8 ਕਿਲੋ ਦਾ ਹੋਊਗਾ। ਤੋਰ ਦੇ ਕਰੀ ਨਾ, ਬਾਕੀ ਹੈਗੀ ਕਰੋਸ ਚ ਆ ਦੁੱਧ ਵੀ ਸੰਘਣਾ ਹੁੰਦਾ। ਪਿਓਰ 4 ਦਾ ਇਹ ਵੀ 4 ਦਾ, ਸਾਰੀਆਂ 4 ਦਾ ਦੀ ਅੱਜ? ਹਾਂਜੀ 4 ਦਾ, ਅੱਜ ਕਾਰੀ ਦਈਏ 4 ਦਾ ਨਾ ਕੱਟਣਾ। ਆ ਦੇਖ ਸਕਦੇ ਹੈਗੇ ਇਹ ਵੀ 4 ਦਾ, ਪਿਓਰ 4 ਦਾ ਦੇ ਲੈ ਜਾ, ਜੇ 4 ਹੀ ਆਖੀ ਤੇ 4 ਹੀ ਹੋਗੀ। ਠੀਕ ਆ ਹਾਂਜੀ, ਇਹ ਨਹੀਂ ਵੀ ਆਖੀ 4 ਨਿਕਲੂਗੀ ਜਵਾਨ। ਪਰਲੀ ਬਾਈ ਰੱਖਦੀ ਥੋੜੀ ਜੀ। ਅੱਛਾ ਹਾਂਜੀ, ਦੋ ਚੌਂ ਧਾਰਾਂ ਦਾ ਫਰਕ ਹੋਵੇ ਕਿਉਂਕਿ ਤੋਕੜ ਗਾਂ ਹੋਈ ਆਪਾਂ ਕਹਿ ਨਹੀਂ ਸਕਦੇ। ਹਾਂਜੀ ਹਾਂਜੀ, ਬਾਕੀ ਫਰਕ ਨਹੀਂ ਆ ਵੀਰ ਜੀ, ਮੈਨੂੰ ਨਹੀਂ ਲੱਗਾ ਵੀਰ ਭਰਾ ਆਪਣੀ ਵੇਖ ਕੇ ਖੜੇ। ਠੀਕ ਆ, ਬਾਕੀ ਪੂਰਾ ਐ ਫਰ ਪੂਰਾ ਪਸੰਦ ਆ। ਠੀਕ ਆ, ਉਤਰਾ ਕਹਿੰਦੇ ਕਿ ਬਾਈ ਰੱਖਦੀ ਆ। ਜਿੱਦਣ ਵੀ ਜੀ ਸੱਚੇ ਰਹਿਣ ਹੀ ਨਾ, ਹਾਂਜੀ ਤੇ ਮੈਨੂੰ ਪਤਾ ਵੀ ਜਿੰਨਾ ਬੱਚੀ ਤੇ ਹੈਗਾ ਹੈ ਨਾ ਟੌਰ ਟੱਪਾ, ਹਾਂਜੀ ਉਹ 70,000 ਰੁਪਇਆ ਮੰਗਦੇ, ਕਿਹਨੇ 70,000 ਹੀ ਦੇਣਾ ਹੈ ਬੱਚੀ ਦਾ? ਅੱਛਾ ਹਾਂਜੀ, ਤੇ ਇਹਦਾ ਅੱਜ ਮੁੱਲ? ਅੱਜ ਮੁੱਲ ਜਾਇਜ਼ ਹੀ ਕਰਦੀ ਹੈ। ਕਿੰਨਾ? 15,000 ਰੁਪਇਆ। 15,000 ਮੌਕੇ ਤੇ ਕਰਨਾ ਮਾਨਤਾ ਨਾ, ਹੋਰ ਮੌਕੇ ਤੇ 13,000 ਦੀ ਵਿੱਚ ਬੱਚੀ ਦੇ ਦਾਂਗੇ। ਅੱਛਾ 13,000 ਦੀ, ਬਾਕੀ ਜੀ ਮਾੜਾ ਹੈ ਨਾ ਵੰਗਾ ਪਾ ਕੇ ਵਿਖਾ ਦਈਏ, ਕਈ ਵੀਰ ਭਰਾ ਦਿੰਦੇ ਜ਼ਿਆਦਾ ਤਾਂ ਨਹੀਂ ਕਰਦੀ। ਆਹ ਠੀਕ, ਦਿਖਾ ਦਾ ਮਾੜਾ ਜਿਹਾ ਜੀ, ਬੱਚਾ ਛੱਡੋ, ਆਹ ਵੇਖੋ ਮਿਲਦੀ ਬੱਚੇ ਤੇ ਹੀ ਆ, ਆਹ ਵੇਖੋ ਐਂਜੀ ਆਪਾਂ ਵੰਗਾ ਪਾ ਦੇਣਾ, ਆਹ ਵੇਖੋ। ਠੀਕ ਹੈ ਜੀ, ਕੋਈ ਗੱਲਬਾਤ ਨਹੀਂ, ਬਸ ਇਹੋ ਵੀ ਥੋੜ੍ਹਾ ਜਿਹਾ ਚਵਾ ਮੰਗਦੀ ਕਾਲਾ ਮਸ਼ੀਨੀ ਚਵਾਈ ਵਾਲਾ।
ਕੋਈ ਵੀਰ ਮਸ਼ੀਨ ਵਾਲਾ ਲੈ ਜਾਊਗਾ। ਹਾਂਜੀ ਤੇ ਚਲੋ ਕੋਈ ਗੱਲ ਨਹੀਂ ਪੱਕਾ ਦੁੱਧ ਤੋਰੋ ਫਿਰ ਇੱਕ ਦਿਨ ਦੇਖ ਸਕਦੇ ਜੇ ਮਿਲਕਵੇਨ ਵੀ ਚੰਗੀ ਲੱਗੀ ਆ ਠੀਕ ਆ। ਕਿੰਨਾ ਮੁੱਲ ਕਰਨਾ ਇਹਦਾ ਫਿਰ? ਤੇ ਵੀਰ ਜੀ ਤੋਕੜ ਕਰਕੇ ਘਟ ਗਿਆ ਥੋੜਾ ਜਿਹਾ, ਪੂਰਾ ਆਈ ਸੰਜਰ ਦਾ। ਠੀਕ ਆ ਜੀ, ਮੁੱਲ ਇਹਦਾ ਵੀਰ ਜੀ ਕਰਨ ਨੂੰ ਤੇ ਤੁਹਾਨੂੰ ਵੀ ਪਤਾ, ਝੋਟੀ ਤਿਆਰ ਹੋ ਜੇ ਤੇ ਪੂਰੀ ਰਾਜੀ ਹੋ ਜੇ ਤੇ ਝੋਟੀ ਦੋ ਤੋਂ ਬਾਹਰ ਆ। ਹਾਂਜੀ, ਹੁਣ ਜਾਇਜ਼ ਹੀ ਕਰਦੀ ਹੈ। ਕਿੰਨਾ? 65,000 ਦੀ ਦੇ ਦਈਏ ਪੂਰੇ ਦੇ। 65,000 ਦੀ? ਹਾਂਜੀ, ਮੌਕੇ ਤੇ ਕਰਦੇ ਨਾ ਮਾਨਤਾ ਨਾ ਹੋਰ। ਮੌਕੇ ਤੇ 1,500 ਵਾਲੀ ਗੇਮ ਨਹੀਂ ਜੀ। ਠੀਕ ਆ, ਹਾਂਜੀ ਚਲੋ ਕੋਈ ਫੋਨ ਲਾਵੇ ਜੀ ਉਹ ਥਣ ਘੱਟ ਜੇ। ਠੀਕ ਆ, ਜਿਹੜਾ ਕੋਈ ਭੈਣ ਭਰਾ ਲਊਗਾ ਆਪਣੀ ਸਮਝ ਕੇ ਸੌਦਾ ਕਰੇ। ਠੀਕ ਆ ਜੀ, ਠੀਕ ਆ ਜੀ, ਤੇ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ, ਆਪਣੀ ਸਮਝਣਾ ਵੇਚ ਚਾ ਕੇ ਖਰੀਦੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।